ਡੀਅਰ ਸਟੂਡੈਂਟਸ, ਅੱਜ ਆਪਾਂ ਕਲਾਸ 10 ਇੰਗਲਿਸ਼ ਗ੍ਰੈਮਰ ਦਾ ਰਾਈਟਿੰਗ ਸਕਿੱਲ, ਜਿਹੜਾ ਰਾਈਟਿੰਗ ਪਾਰਟਸ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਅੱਜ ਆਪਾਂ ਸਿੱਖਾਂਗੇ ਕਿਵੇਂ ਨੋਟਿਸ ਨੂੰ ਕਿਵੇਂ ਲਿਖਿਆ ਜਾਂਦਾ ਹੈ। ਅਸਲ ਵਿੱਚ ਨੋਟਿਸ ਕੀ ਚੀਜ਼ ਹੈ, ਇਸ ਨੂੰ ਕਿਵੇਂ ਲਿਖਿਆ ਜਾਣਾ ਚਾਹੀਦਾ ਹੈ, ਇਸ ਦਾ ਕੀ ਫੋਰਮੈਟ ਹੈ। ਇਗਜ਼ਾਮ ਦੇ ਵਿੱਚ ਆਪਾਂ ਨੂੰ ਨੋਟਿਸ ਰਾਈਟਿੰਗ ਲਈ ਕਿਹਾ ਜਾਂਦਾ ਹੈ। ਨੋਟਿਸ ਆਰ ਮੈਂਟ ਟੂ ਪ੍ਰੋਵਾਈਡ ਇੰਟੀਗ੍ਰੇਟਡ ਐਂਡ ਯੂਸਫੁਲ ਇਨਫੋਰਮੇਸ਼ਨ। ਨੋਟਿਸ ਹਮੇਸ਼ਾ ਬਹੁਤ ਹੀ ਉਪਯੋਗੀ ਜਾਣਕਾਰੀ ਦੇ ਲਈ ਬਣਾਏ ਜਾਂਦੇ ਹਨ। ਅਬਾਊਟ ਇਵੈਂਟਸ, ਕੁਝ ਅਜਿਹੇ ਕੰਮ ਦੈਟ ਹੈਵ ਹੈਪਨਡ ਔਰ ਅਬਾਊਟ ਟੂ ਹੈਪਨ, ਜਿਹੜੇ ਕੋਈ ਵੀ ਕਾਰਜਕ੍ਰਮ ਫੰਕਸ਼ਨ ਆਉਣ ਵਾਲੇ ਹੁੰਦੇ ਹੈ, ਉਹਨਾਂ ਦੇ ਲਈ ਨੋਟਿਸ ਲਿਖਿਆ ਜਾਂਦਾ ਹੈ। ਅੱਜ ਆਪਾਂ ਦੇਖਾਂਗੇ ਕਿ ਨੋਟਿਸ ਕਿਵੇਂ ਲਿਖਿਆ ਜਾਂਦਾ ਹੈ ਅਤੇ ਉਸ ਦਾ ਸਹੀ ਫਾਰਮੈਟ ਕੀ ਹੈ। ਨੋਟਿਸ ਪ੍ਰੋਵਾਈਡਸ ਦਾ ਇਨਫੋਰਮੇਸ਼ਨ ਅਬਾਊਟ, ਨੋਟਿਸ ਸਾਨੂੰ ਕਿਸ ਤਰ੍ਹਾਂ ਦੀਆਂ ਸੂਚਨਾਵਾਂ ਦਿੰਦਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਥਿੰਗਸ ਲੋਸਟ ਔਰ ਫਾਊਂਡ, ਕੁਝ ਅਜਿਹੀਆਂ ਚੀਜ਼ਾਂ ਜਿਹੜੀਆਂ ਗੁੰਮ ਹੋ ਚੁੱਕੀਆਂ ਨੇ ਜਾਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਮਿਲੀਆਂ ਨੇ ਉਹਨਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿੰਦਾ ਹੈ। ਇਵੈਂਟਸ ਹੈਪਨਡ ਔਰ ਅਬਾਊਟ ਟੂ ਹੈਪਨ, ਕੁਝ ਅਜਿਹੇ ਕੰਮ ਜਾਂ ਘਟਨਾਵਾਂ ਜਿਹੜੀਆਂ ਹੋ ਚੁੱਕੀਆਂ ਨੇ ਜਾਂ ਹੋਣ ਵਾਲੀਆਂ ਨੇ। ਅਰੇਂਜਿੰਗ ਆਫ ਮੀਟਿੰਗਸ, ਫੰਕਸ਼ਨਸ, ਟੂਰਸ, ਐਗਜੀਬਿਸ਼ਨਸ, ਕੈਂਪਸ ਐਂਡ ਫੇਅਰਸ, ਜਾਂ ਫਿਰ ਜੇ ਕੋਈ ਮੀਟਿੰਗ, ਕਾਰਜਕ੍ਰਮ, ਟੂਰ ਜਾਂ ਕੋਈ ਪ੍ਰਦਰਸ਼ਨੀ ਜਾਂ ਕੋਈ ਕੈਂਪ ਜਾਂ ਕੋਈ ਮੇਲਾ ਫੇਅਰ ਅਰੇਂਜ ਕਰਨਾ ਹੈ ਜਾਂ ਉਸ ਅਰੇਂਜ ਕੀਤੇ ਸ਼ਡਿਊਲ ਨੂੰ ਪੋਸਟਪੋਨ ਕਰਨਾ ਹੈ, ਉਹਦੇ ਲਈ ਵੀ ਆਪਾਂ ਨੋਟਿਸ ਰਾਈਟ ਕਰ ਸਕਦੇ ਹਾਂ, ਲਿਖ ਸਕਦੇ ਹਾਂ। ਚੇਂਜ ਆਫ ਨੇਮ ਐਂਡ ਐਡਰੈਸ, ਜਾਂ ਤੁਸੀਂ ਆਪਦਾ ਨਾਂ ਚੇਂਜ ਕਰਨਾ ਹੈ ਜਾਂ ਤੁਸੀਂ ਆਪਦਾ ਐਡਰੈਸ ਚੇਂਜ ਕਰਨਾ ਹੈ ਤਾਂ ਵੀ ਤੁਸੀਂ ਨੋਟਿਸ ਲਿਖ ਸਕਦੇ ਹੋ। ਅਨਾਉਂਸਿੰਗ ਅ ਨਿਊ ਡਿਵੈਲਪਮੈਂਟ ਔਰ ਰੂਲ, ਜਾਂ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਨਿਆ ਨਿਯਮ ਲਾਗੂ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਨੋਟਿਸ ਰਾਈਟਿੰਗ ਕਰ ਸਕਦੇ ਹੋ, ਨੋਟਿਸ ਲਿਖ ਸਕਦੇ ਹੋ। ਨੈਕਸਟ, ਵਾਇਲ ਡਰਾਫਟਿੰਗ ਅ ਨੋਟਿਸ ਦਾ ਫੋਲੋਇੰਗ ਪੁਆਇੰਟਸ ਸ਼ੁੱਡ ਬੀ ਕੈਪਟ ਇਨ ਮਾਈਂਡ, ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਆਪਾਂ ਨੋਟਿਸ ਰਾਈਟਿੰਗ ਕਰਦੇ ਹਾਂ। ਫਸਟ, ਦਾ ਇੰਟਾਇਰ ਕੰਟੈਂਟ ਆਫ ਨੋਟਿਸ ਸ਼ੁੱਡ ਬੀ ਪਲੇਸਡ ਵਿਦ ਇਨ ਅ ਬਾਕਸ, ਯਾਨੀ ਨੋਟਿਸ ਦਾ ਜਿੰਨਾ ਵੀ ਕੰਟੈਂਟ ਹੈ ਉਹ ਸਾਰਾ ਇੱਕ ਬਾਕਸ ਦੇ ਵਿੱਚ ਹੋਣਾ ਚਾਹੀਦਾ ਹੈ। ਇਟ ਸ਼ੁੱਡ ਬੀ ਬਰੀਫ ਐਂਡ ਸ਼ੋਰਟ ਆਫ ਅਬਾਊਟ 50 ਵਰਡਸ, ਸਾਡਾ ਨੋਟਿਸ ਸਿਰਫ 50 ਸ਼ਬਦਾਂ ਦਾ ਹੀ ਹੋਣਾ ਚਾਹੀਦਾ ਹੈ। The purpose of notice should be clear. The message ਜਿਹੜਾ ਆਪਾਂ ਦੇਣਾ ਚਾਹੁੰਦੇ ਹਾਂ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ।
ਦਾ ਫਿਊਚਰ ਟੈਂਸ ਸ਼ੁੱਡ ਬੀ ਪ੍ਰੀਡੋਮੀਨੈਂਟ ਓਵਰ ਦਾ ਅਦਰ ਟੈਂਸ ਫੋਰਮ। ਅਤੇ ਸਭ ਤੋਂ ਜ਼ਿਆਦਾ ਜਿਹੜਾ ਹੈ ਸਰਵਾਧਿਕ ਯੂਜ਼ ਹੋਣ ਵਾਲਾ ਟੈਂਸ ਜਿਹੜਾ ਉਹ ਫਿਊਚਰ ਟੈਂਸ ਹੈ। ਦ ਲੈਂਗੁਏਜ ਆਫ ਦ ਨੋਟ ਇਸ ਸ਼ੁੱਡ ਬੀ ਕੰਪਲੀਟਲੀ ਇਮਪਰਸਨਲ, ਅਤੇ ਆਪਣੀ ਜਿਹੜੀ ਭਾਸ਼ਾ ਹੈ ਉਹ ਵੀ ਪਰਸਨਲ ਨਹੀਂ ਹੋਣੀ ਚਾਹੀਦੀ, ਇਮਪਰਸਨਲ ਹੀ ਹੋਵੇ। ਹੁਣ ਆਪਾਂ ਦੇਖਦੇ ਹਾਂ ਕਿ ਬੌਕਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ, ਕਿਹੜੇ ਕਿਹੜੇ ਪੁਆਇੰਟਸ ਹੁੰਦੇ ਹੈ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਹੈ। ਸਭ ਤੋਂ ਪਹਿਲਾਂ ਨੋਟਿਸ ਇਸ਼ੂ ਕਰਨ ਸਮੇਂ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਸਭ ਤੋਂ ਉੱਪਰ ਕੀ ਲਿਖਣਾ ਹੈ। ਸਭ ਤੋਂ ਉੱਪਰ ਆਪਾਂ ਲਿਖਾਂਗੇ ਨੇਮ ਆਫ ਦਾ ਆਰਗੇਨਾਈਜੇਸ਼ਨ ਇਸ਼ੂਇੰਗ ਦਾ ਨੋਟਿਸ। ਇੱਥੇ ਨੇਮ ਆਫ ਦਾ ਆਰਗੇਨਾਈਜੇਸ਼ਨ ਇੰਸਟੀਟਿਊਟ ਵੀ ਹੋ ਸਕਦਾ ਹੈ, ਸਕੂਲ ਹੋ ਸਕਦਾ ਹੈ, ਕੋਈ ਸੁਸਾਇਟੀ ਹੋ ਸਕਦੀ ਹੈ। ਇਸ ਦਾ ਆਪਾਂ ਨਾਂ ਲਿਖਾਂਗੇ, ਜਿਵੇਂ ਆਪਣਾ ਸਕੂਲ ਹੈ ਤਾਂ ਆਪਾਂ ਗੌਰਮੈਂਟ ਹਾਈ ਸਕੂਲ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ, ਇਸ ਤਰ੍ਹਾਂ ਜੋ ਵੀ ਤੁਹਾਡੇ ਸਕੂਲ ਦਾ ਨਾਂ ਹੈ ਤੁਸੀਂ ਲਿਖ ਸਕਦੇ ਹੋ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ, ਇਹ ਜਿਹੜੀ ਨੇਮ ਔਰ ਆਰਗੇਨਾਈਜੇਸ਼ਨ ਜਿਹੜਾ ਹੈ ਇਹ ਤੁਸੀਂ ਕੈਪੀਟਲ ਲੈਟਰ ਦੇ ਵਿੱਚ ਲਿਖਣਾ ਹੈ, ਇਸ ਨੂੰ ਸਮਾਲ ਲੈਟਰ ਦੇ ਵਿੱਚ ਤੁਸੀਂ ਨਹੀਂ ਲਿਖਣਾ। ਹਾਫ ਮਾਰਕਸ ਦਾ ਹੁੰਦਾ ਹੈ ਇਹ, ਯਾਨੀ ਇਹ ਤੁਹਾਨੂੰ ਕੁਐਸਚਨ ਦੇ ਵਿੱਚ ਪਹਿਲਾਂ ਹੀ ਦਿੱਤਾ ਹੋਵੇਗਾ ਕਿ ਯੂ ਆਰ ਡੈਸ਼ ਐਂਡ ਯੂ ਆਰ ਦ ਸਟੂਡੈਂਟ ਆਫ ਕਲਾਸ 10 ਫਰੋਮ ਡੈਸ਼ ਸਕੂਲ, ਤਾਂ ਤੁਸੀਂ ਉਸ ਸਕੂਲ ਦਾ ਨਾਂ ਕੈਪੀਟਲ ਲੈਟਰ ਦੇ ਵਿੱਚ ਸਭ ਤੋਂ ਉੱਪਰ ਲਿਖਣਾ ਹੈ। ਉਸ ਤੋਂ ਬਾਅਦ ਤੁਸੀਂ ਨੋਟਿਸ ਲਿਖਣਾ ਹੈ, ਇਹ ਵੀ ਕੈਪੀਟਲ ਲੈਟਰ ਦੇ ਵਿੱਚ, ਇਹ ਵੀ ਅੱਧੇ ਨੰਬਰ ਦਾ ਹੈ। ਡੇਟ ਲਿਖਣੀ ਹੈ ਤੁਸੀਂ। ਉਸ ਤੋਂ ਬਾਅਦ ਤੁਸੀਂ ਇੱਥੇ ਆ ਜਾਣਾ ਹੈ, ਇਹ ਹੈ ਸਬਜੈਕਟ ਆਫ ਦ ਨੋਟਿਸ, ਯਾਨੀ ਹੈਡਿੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਟਾਈਟਲ ਆਪਾਂ ਕਹਿ ਦਿੰਦੇ ਹਾਂ, ਇਹ ਵੀ ਹਾਫ ਮਾਰਕਸ ਦਾ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਕੰਟੈਂਟਸ ਆਫ ਦ ਨੋਟਿਸ, ਇੱਥੇ ਤੁਸੀਂ ਮੈਸੇਜ ਬੋਡੀ ਲਿਖ ਸਕਦੇ ਹੋ, ਯਾਨੀ ਕੋਈ ਵੀ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ ਉਹ ਮੈਸੇਜ ਤੁਸੀਂ ਇੱਥੇ ਲਿਖੋਗੇ। ਇਹ ਵੀ 2 ਮਾਰਕਸ ਦਾ ਹੈ। ਉਸ ਤੋਂ ਬਾਅਦ ਸਿਗਨੇਚਰ, ਜਿਹੜਾ ਬੰਦਾ ਜਾਂ ਕੋਈ ਵੀ ਪਰਸਨ ਜਿਹੜਾ ਨੋਟਿਸ ਇਸ਼ੂ ਕਰ ਰਿਹਾ ਹੈ ਉਹਦੇ ਸਿਗਨੇਚਰ, ਦੈਨ ਉਸ ਦਾ ਨਾਮ, ਦੈਨ ਉਸ ਦਾ ਡੈਜਿਗਨੇਸ਼ਨ, ਇਹ ਵੀ ਹਾਫ ਮਾਰਕਸ ਦਾ ਹੈ। ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇੱਕ ਬੌਕਸ ਦੇ ਵਿੱਚ ਹੀ ਆਪਾਂ ਜਿਹੜੀ ਹੈ ਇਸ ਤਰ੍ਹਾਂ ਲਿਖਣੀਆਂ ਹਨ, ਯਾਨੀ ਜਿਹੜਾ ਇਸ ਦਾ ਫੋਰਮੇਟ ਹੈ ਉਹ ਇੱਕ ਬੌਕਸ ਦੇ ਵਿੱਚ ਹੈ। ਅਤੇ ਆਪਾਂ ਗੱਲ ਕੀਤੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ, ਨੋਟਿਸ ਜਿਹੜਾ ਮੈਸੇਜ ਹੈ ਉਹ 50 ਵਰਡਸ ਤੱਕ ਦਾ ਹੋਣਾ ਚਾਹੀਦਾ ਹੈ, ਕਲੀਅਰ ਹੋਣਾ ਚਾਹੀਦਾ ਹੈ, ਭਾਸ਼ਾ ਬਿਲਕੁਲ ਸਿੰਪਲ ਹੋਵੇ, ਅਤੇ ਜ਼ਿਆਦਾਤਰ ਆਪਾਂ ਫਿਊਚਰ ਟੈਂਸ ਦੀ ਵਰਤੋਂ ਕਰਦੇ ਹਾਂ। ਟਾਈਟਲ, ਨੋਟਿਸ ਐਂਡ ਨੇਮ ਆਫ ਆਰਗੇਨਾਈਜੇਸ਼ਨ ਕੈਪੀਟਲ ਲੈਟਰ ਦੇ ਵਿੱਚ ਲਿਖਣਾ ਹੁੰਦਾ ਹੈ। ਇਹਨਾਂ ਗੱਲਾਂ ਦਾ ਆਪਾਂ ਜੇ ਧਿਆਨ ਰੱਖਾਂਗੇ ਤਾਂ ਆਪਣੇ ਨੋਟਿਸ ਰਾਈਟਿੰਗ ਦੇ ਵਿੱਚ ਵੀ ਪੂਰੇ ਮਾਰਕਸ ਆਉਣਗੇ। ਸੈਂਪਲ ਨੰਬਰ 1, ਯੂ ਆਰ ਰਾਜੀਵ ਸ਼ਰਮਾ, ਯਾਨੀ ਤੁਹਾਨੂੰ ਦੱਸਿਆ ਗਿਆ ਹੈ ਕਿ ਤੁਸੀਂ ਰਾਜੀਵ ਸ਼ਰਮਾ ਹੋ, ਹੈੱਡ ਬੋਏ ਹੋ ਆਫ DAV ਪਬਲਿਕ ਸਕੂਲ ਲੁਧਿਆਣਾ। ਹੁਣ ਆਪਾਂ ਨੂੰ ਇੱਥੇ ਨੇਮ ਆਫ ਦਾ ਸਕੂਲ, ਨੇਮ ਆਫ ਦਾ ਆਰਗੇਨਾਈਜੇਸ਼ਨ ਦਿੱਤਾ ਹੋਇਆ ਹੈ, ਇਸ ਨੂੰ ਆਪਾਂ ਕੈਪੀਟਲ ਲੈਟਰ ਦੇ ਵਿੱਚ ਲਿਖਣਾ ਹੈ। ਡਰਾਫਟ ਨੋਟਿਸ ਫੋਰ ਦਾ ਸਕੂਲ ਕੈਪਟਨਸ ਟੂ ਅਟੈਂਡ ਅ ਮੀਟਿੰਗ ਵਿਦ ਦਾ ਵਾਈਸ ਪ੍ਰਿੰਸੀਪਲ ਫੋਰ ਦਾ ਅਲੋਕੇਸ਼ਨ ਆਫ ਡਿਊਟੀਜ਼ ਫੋਰ ਮੇਨਟੇਨਿੰਗ ਡਿਸਿਪਲਿਨ ਇਨ ਸਕੂਲ।
ਤਾਂ ਆਪਾਂ ਕੀ ਕਰਨਾ ਹੈ, ਆਪਾਂ ਪ੍ਰੈਕਟਿਸ ਕਰਦੇ ਹਾਂ ਨੋਟਿਸ ਲਿਖਣ ਦੀ। ਦੇਖੋ ਸਭ ਤੋਂ ਪਹਿਲਾਂ ਨੇਮ ਆਫ ਦਾ ਇੰਸਟੀਟਿਊਟ, ਨੇਮ ਆਫ ਦਾ ਸਕੂਲ ਆਪਾਂ ਲਿਖਿਆ DAV ਪਬਲਿਕ ਸਕੂਲ ਲੁਧਿਆਣਾ, ਇਹ ਕੈਪੀਟਲ ਲੈਟਰ ਦੇ ਵਿੱਚ ਆਪਾਂ ਲਿਖਿਆ। ਇਸ ਤਰ੍ਹਾਂ ਹੀ ਆਪਾਂ ਐਗਜ਼ਾਮ ਦੇ ਵਿੱਚ ਲਿਖਣਾ ਹੈ। ਉਸ ਤੋਂ ਬਾਅਦ ਨੋਟਿਸ ਲਿਖਿਆ, ਫਿਰ ਆਪਾਂ ਡੇਟ ਲਿਖੀ। ਡੇਟ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ। ਇੰਪੋਰਟੈਂਟ ਮੀਟਿੰਗ, ਨੋਟਿਸ ਕਿਹਦੇ ਬਾਰੇ ਹੈ, ਇੰਪੋਰਟੈਂਟ ਮੀਟਿੰਗ ਇਹ ਟਾਈਟਲ ਹੈ ਆਪਣਾ, ਇਹ ਹੈਡਿੰਗ ਹੈ। ਉਸ ਤੋਂ ਬਾਅਦ ਇਹ ਜਿਹੜੀ ਮੈਸੇਜ ਬੋਡੀ ਆ ਜਾਂਦੀ ਹੈ ਇਹ ਵੀ ਆਪਾਂ ਲਿਖਣੀ ਹੁੰਦੀ ਹੈ, ਤੇ ਇਹ ਮੈਕਸਿਮਮ 50 ਵਰਡਸ ਦੀ ਹੋ ਸਕਦੀ ਹੈ। ਇਸ ਤੋਂ ਵੱਧ ਆਪਾਂ ਨਹੀਂ ਲਿਖਣੀ। ਇਹਦੀ ਭਾਸ਼ਾ ਬਿਲਕੁਲ ਸਿੰਪਲ ਹੋਣੀ ਚਾਹੀਦੀ ਹੈ ਅਤੇ ਕਲੀਅਰ ਹੋਣੀ ਚਾਹੀਦੀ ਹੈ। ਹੁਣ ਇਹਦੇ ਵਿੱਚ ਲਿਖਿਆ ਹੋਇਆ ਹੈ, ਹਾਊਸ ਕੈਪਟਨਸ ਮਸਟ ਅਟੈਂਡ ਅ ਮੀਟਿੰਗ ਵਿਦ ਦ ਵਾਈਸ ਪ੍ਰਿੰਸੀਪਲ ਔਨ 13th ਆਫ ਅਗਸਤ ਡਿਊਰਿੰਗ ਰਿਸੈਸ ਇਨ ਹਿਸ ਆਫਿਸ ਇਨ ਆਰਡਰ ਟੂ ਡਿਸਾਈਡ ਸਟੈਪਸ ਫੋਰ ਮੇਨਟੇਨਿੰਗ ਡਿਸਿਪਲਿਨ ਇਨ ਸਕੂਲ। ਉਸ ਤੋਂ ਬਾਅਦ ਆਪਾਂ ਇੱਥੇ ਜਿਵੇਂ ਤੁਹਾਨੂੰ ਕਿਹਾ ਗਿਆ ਸੀ, ਯੂ ਆਰ ਰਾਜੀਵ ਸ਼ਰਮਾ, ਯੂ ਆਰ ਹੈਡ ਬੋਏ, ਤਾਂ ਸੇਮ ਉਹੀ ਚੀਜ਼ ਆਪਾਂ ਇੱਥੇ ਲਿਖਾਂਗੇ। ਤੇ ਉਸ ਤੋਂ ਬਾਅਦ ਇਹਨੂੰ ਬਾਕਸ ਦੇ ਵਿੱਚ ਬੰਦ ਕਰ ਦਿਆਂਗੇ। ਇਸ ਤਰ੍ਹਾਂ ਹੈਡ ਬੋਏ ਲਿਖ ਕੇ, ਡੈਜੀਗ੍ਰੇਸ਼ਨ ਲਿਖ ਕੇ, ਉਸ ਤੋਂ ਬਾਅਦ ਆਪਾਂ ਇਸਨੂੰ ਬੰਦ ਕਰ ਦਿਆਂਗੇ। ਇਸੇ ਤਰ੍ਹਾਂ ਹੀ ਤੁਸੀਂ ਬਾਕੀ ਸੈਂਪਲਸ ਵੀ ਸੋਲਵ ਕਰ ਸਕਦੇ ਹੋ, ਪ੍ਰੈਕਟਿਸ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਵਧੀਆ ਲੱਗਿਆ ਹੋਵੇਗਾ। ਥੈਂਕ ਯੂ।